ਦੱਸ ਦੇ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕ ਪ੍ਰਾਚੀਨ ਮੰਦਿਰ ਦੇ ਵਿੱਚ ਚੋਰ ਵੜ ਗਿਆ ਤੇ ਸਾਰੇ ਗੱਲਿਆਂ ਦੇ ਵਿੱਚੋਂ ਇਹ ਪੈਸੇ ਕੱਢ ਕੇ ਫਰਾਰ ਹੋ ਜਾਂਦਾ ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਇਸ ਸੰਬੰਧੀ ਜਦ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਅੱਧੀ ਰਾਤ ਪ੍ਰਾਚੀਨ ਸ਼ਿਵ ਮੰਦਿਰ ਦੇ ਵਿੱਚ ਇੱਕ ਵਿਅਕਤੀ ਵੱਲੋਂ ਮੰਦਿਰ ਦੇ ਮੇਨ ਗੇਟ ਦੇ ਜਿੰਦੇ ਤੋੜੇ ਜਾਂਦੇ ਨੇ। ਜਿਸ ਤੋਂ ਬਾਅਦ ਉਹ 7 ਦਾਨ ਪੇਟੀਆਂ ਦੇ ਜਿੰਦੇ ਤੋੜਦਾ ਤੇ ਉਸ ਦੇ ਵਿੱਚ ਪਈ ਹਜ਼ਾਰਾਂ ਰੁਪਏ ਦਾ ਚੜਾਵਾ ਕੱਢ ਲੈਂਦਾ ਤੇ ਮੌਕੇ ਤੋਂ ਫਰਾਰ ਹੋ ਜਾਂਦਾ। ਤੇ ਇਸ ਵਿਅਕਤੀ ਦੀ ਸਾਰੀ ਕਰਤੂਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਮੰਦਿਰ ਕਮੇਟੀ ਦੇ ਆਗੂਆਂ ਤੇ ਅਨਾਜ ਮੰਡੀ ਦੇ ਪ੍ਰਧਾਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਦੇ ਕਰੀਬ 12 ਵਜੇ ਤੋਂ ਬਾਅਦ ਇੱਕ ਵਿਅਕਤੀ ਮੰਦਿਰ ਦੇ ਮੇਨ ਗੇਟ ਤੇ ਲੱਗੇ ਜਿੰਦੇ ਨੂੰ ਤੋੜਦਾ, ਜਿਸ ਤੋਂ ਬਾਅਦ ਇਹ ਮੰਦਿਰ ਦੇ ਅੰਦਰ ਦਾਖਲ ਹੁੰਦਾ ਤੇ ਇਹ ਅੰਦਰ ਪਈਆਂ 7 ਪੇਟੀਆਂ ਦੇ ਜਿੰਦੇ ਤੋੜ ਕੇ ਉਸ ਦੇ ਵਿੱਚੋਂ ਸਾਰਾ ਚੜਾਵਾ ਕੱਢ ਲੈਂਦਾ ਤੇ ਉੱਥੋਂ ਆਰਾਮ ਨਾਲ ਫਰਾਰ ਹੋ ਜਾਂਦਾ। ਉਹਨਾਂ ਕਿਹਾ ਕਿ ਇਸ ਇਲਾਕੇ ਦੇ ਵਿੱਚ ਇਹ ਘਟਨਾਵਾਂ ਨੂੰ ਲੈ ਕੇ ਖੌਫ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਵੀ 2 ਅਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਨੇ ਤੇ ਹੁਣ ਪੁਲਿਸ ਤੋਂ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੇ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਅੱਜ ਬੜਾ ਹੀ ਸਵੇਰੇ ਚੋਰੀ ਹੋ ਗਈ ਮੰਦਿਰ ਦੇ ਵਿੱਚ, ਜਿੰਨਾ ਕੈਸ਼ ਗੱਲਿਆਂ ਦੇ ਵਿੱਚੋਂ ਕੱਢ ਕੇ ਉਹ ਲੈ ਗਏ। ਸਾਡੇ ਨਾਲ ਉਰੇ ਸਾਡੇ ਆੜਤੀ ਅਸ਼ਨ ਦੇ ਪ੍ਰਧਾਨ ਜੀ ਖੜ੍ਹੇ ਆ, ਨਾਲ ਸੈਣੀ ਸਾਹਿਬ ਅਤੇ ਮੰਦਿਰ ਕਮੇਟੀ ਦੇ ਪ੍ਰਧਾਨ ਜੀ ਅਤੇ ਹੋਰ ਸਾਰੇ ਮੈਂਬਰ ਸਾਹਿਬਾਨ ਖੜ੍ਹੇ ਆ। ਕਿੰਨੇ ਸ਼ਖਸ ਸੀਸੀਟੀਵੀ ਵਿੱਚ ਕੀ ਨਜ਼ਰ ਆ ਰਿਹਾ ਅਤੇ ਕਿੰਨਾ ਕੁ ਨੁਕਸਾਨ ਹੋਇਆ? ਦੇਖੋ, ਸ਼ਖਸ ਜਿਹੜਾ ਹੈ ਇੱਕ ਬੰਦਾ ਹੀ ਵੜਿਆ ਅਤੇ ਉਹ ਵੜ ਕੇ ਉਰੋਂ ਕੈਂਚੀ ਗੇਟ ਦੇ ਪਹਿਲਾਂ ਜਿੰਦੇ ਤੋੜੇ ਉਹਨੇ, ਫਿਰ ਅੰਦਰ ਗੋਲਕਾਂ ਦੇ ਤੋੜ ਕੇ ਜਿੰਦੇ ਉਹਨੇ 2-3 ਘੰਟੇ ਲਗਾਏ। ਬੜੇ ਵੀ ਬੇਕ ਔਫ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ। ਚੋਰ ਸਵੇਰੇ ਆਇਆ ਚੋਰੀ ਕਰਕੇ, ਲਗਭਗ 25-30 ਹਜ਼ਾਰ ਰੁਪਏ ਜੋ ਕੈਸ਼ ਉਰੇ ਹੈ ਸੀ ਗੋਲਕਾ ਦੇ ਵਿੱਚ, ਉਹ ਉਹਨਾਂ ਨੇ ਚੋਰੀ ਕਰਕੇ ਲੈ ਗਿਆ। ਬੰਦਾ ਇੱਕ ਸੀ, ਸੀਸੀਟੀਵੀ ਦੇ ਵਿੱਚ ਸਾਫ਼ ਉਹਦਾ ਚਿਹਰਾ ਦਿਖ ਰਿਹਾ। ਪੁਲਿਸ ਕਾਰਵਾਈ ਦੇ ਵਿੱਚ ਪੁਲਿਸ ਆ ਗਈ ਸਵੇਰੇ, ਸਾਡੇ ਮੰਤਰੀ ਜੀ ਡਾਕਟਰ ਬਲਵੀਰ ਸਿੰਘ ਜੀ ਉਹਨਾਂ ਵੱਲੋਂ ਵੀ ਪੂਰੀ ਸਪੋਰਟ ਜਾਂ ਇੱਥੇ ਕਾਰਵਾਈ ਕਰਨ ਦਾ ਭਰੋਸਾ ਹੈ। ਪੁਲਿਸ ਆ ਕੇ ਜਿਹੜਾ ਉਹਨਾਂ ਵੱਲੋਂ ਕੰਮ ਹੈ ਅੱਗੇ ਕਰਨ ਵਾਲਾ, ਉਹ ਆਪਣੀ ਤਹਿਕੀਕਾਤ ਕਰ ਰਹੀ ਹੈ। ਬਾਕੀ ਮੈਂ ਇੱਕ ਗੱਲ ਇਹ ਹੈ ਵੀ ਜੇ ਮੰਦਿਰਾਂ ਦੇ ਵਿੱਚ ਇਹ ਕੰਮ ਹੋਣੇ ਸ਼ੁਰੂ ਹੋ ਗਏ ਵੀ ਆਪਾਂ ਖੜਾਂਗੇ ਕਿੱਥੇ? ਦੇਖੋ, ਬੇਕੌਫ ਚੋਰ ਇੰਨੇ ਬੇਖੌਫ ਹੋ ਗਏ ਵੀ ਕਿਸੇ ਤਰ੍ਹਾਂ ਦਾ ਡਰ ਹੀ ਨਹੀਂ ਉਹਨਾਂ ਦੇ ਮਨ 'ਚ। ਆ ਕੇ ਉਹ ਕਿਤੇ ਵੀ ਦਿਨ ਦਿਹਾੜੇ ਜੋ ਅੱਜ ਪਟਿਆਲੇ ਦੇ ਵਿੱਚ ਹਾਲਾਤ ਹੈ, ਕਿਤੇ ਵੀ ਗੋਲੀ ਚਲਾ ਦਿੱਤੀ ਜਾਂਦੀ ਹੈ, ਕਿਤੇ ਵੀ ਚੋਰੀ ਕਰ ਦਿੱਤੀ ਜਾਂਦੀ ਹੈ, ਮਤਲਬ ਇਹ ਬੇਖੌਫ ਜਿਹੜਾ ਹੈ ਪੁਲਿਸ ਦਾ ਡਰ, ਉਹ ਪੁਲਿਸ ਨੂੰ ਜ਼ਰੂਰ ਇਹ 'ਤੇ ਟਾਈਟਨੈਸ ਕਰਕੇ ਲੋਕਾਂ ਨੂੰ ਸੁਰੱਖਿਅਤ ਕਰਨਾ ਚਾਹੀਦਾ ਤਾਂ ਕਿ ਲੋਕ ਔਰ ਮੰਦਿਰਾਂ ਦੇ ਵਿੱਚ ਜੇ ਭਗਵਾਨ ਨਹੀਂ ਸੇਫ ਫਿਰ ਰੱਬ ਹੀ ਰੱਖ ਹੈ। ਅਤੇ ਇੰਨਾ ਕਹਿੰਦਾ ਹੋਇਆ ਧੰਨਵਾਦ। ਹਾਂ, ਮੈਂ ਮੌਕੇ 'ਤੇ ਸਵੇਰੇ ਸਾਡੇ ਪ੍ਰਧਾਨ ਜੀ ਜਿਹੜੇ ਮੰਦਿਰ ਕਮੇਟੀ ਦੀਆਂ ਸ਼੍ਰੇਸ਼ ਡਕਾਲਾ ਜੀ, ਇਹਨਾਂ ਦਾ ਫੋਨ ਗਿਆ ਮੈਨੂੰ ਅਰਲੀ 6:30 ਵਜੇ। ਮੈਂ ਤੁਰੰਤ ਜਦੋਂ ਅੱਧੇ ਘੰਟੇ ਜਾ ਗਿਆ ਸੀ ਮੰਡੀ 'ਚ, ਮੰਦਿਰ 'ਚ ਸਾਰਾ ਦੇਖਿਆ, ਮਤਲਬ ਬੜਾ ਮਨ ਨੂੰ ਦੁੱਖ ਲੱਗਿਆ ਜੀ ਇਸ ਚੀਜ਼ ਨੂੰ ਦੇਖ ਕੇ। ਮਤਲਬ ਸਾਡੀ ਹੋਰ ਵੀ ਸਾਡੇ ਬਹੁਤ ਮੰਡੀ ਦੇ ਪਤਵੰਤੇ ਸੱਜਣ ਇਕੱਠੇ ਹੋਏ ਸੀ, ਸਾਰਿਆਂ ਦਾ ਮਨ ਬੜਾ ਦੁਖੀ ਸੀ ਇਸ ਗੱਲੋਂ। ਪਰ ਮੈਂ ਹਾਂ, ਮੇਰੀ ਗੱਲ ਜਿਹੜੇ ਨਵੇਂ ਇੰਸਪੈਕਟਰ ਹੈ ਆਏ ਦਾਣਾ ਮੰਡੀ ਇੰਚਾਰਜ, ਉਹਨਾਂ ਨਾਲ ਗੱਲ ਹੋ ਗਈ ਸੀ। ਉਹਨਾਂ ਨੇ ਤੁਰੰਤ ਆਪਣੀ ਜਿਹੜਾ ਡਿਊਟੀ ਅਫਸਰ ਸੀ ਰਾਤ ਦਾ ਉਹ ਭੇਜਿਆ, ਅਤੇ ਬਾਕੀ ਸਾਡੇ ਮਾਨਯੋਗ ਹੈਲਥ ਮਿਨਿਸਟਰ ਡਾਕਟਰ ਬਲਵੀਰ ਸੈਣੀ, ਸਵੇਰੇ ਉਹਨਾਂ ਦਾ ਫੋਨ ਆ ਗਿਆ ਸੀ, ਮੇਰੀ ਕਾਫੀ ਡਿਟੇਲ 'ਚ ਗੱਲ ਹੋਈ। ਈਵਨ ਉਹਨਾਂ ਨੇ ਕਿਹਾ ਮੈਂ SSP ਸਾਹਿਬ ਨੂੰ ਡਾਇਰੈਕਸ਼ਨ ਦਿੰਦਾ ਵੀ ਇਹਦੇ 'ਚ ਕੋਈ ਢਿੱਲ ਨਹੀਂ ਰਹਿਣੀ ਚਾਹੀਦੀ, ਮਤਲਬ ਬਿਲਕੁਲ ਰੈਸਟ ਹੋਊਗਾ। ਸਰ, ਪਾਸ਼ ਏਰੀਆ, ਮਹਾਜਨ ਲੋਕ, ਦੁਕਾਨਦਾਰ, ਭਾਈਚਾਰਾ ਹੈਗਾ, ਘਰ ਵੀ ਨੇੜੇ ਨੇ, ਕੀ ਲੱਗਦਾ ਜਿਹੜੀ ਵਾਰਦਾਤ ਹੋਈ ਖੌਫ ਪਾਇਆ ਜਾ ਰਿਹਾ ਲੋਕਾਂ 'ਚ? ਬਿਲਕੁਲ ਖੌਫ ਪਾਇਆ ਜਾ ਜੀ, ਖੌਫ ਵੀ ਹੈ, ਰੋਸ ਵੀ ਹੈ ਸਾਨੂੰ ਇਸ ਗੱਲ ਦਾ ਵੀ ਜੇ ਸਾਡੇ ਇਹਨਾਂ ਮੰਦਰਾਂ ਗੁਰਦੁਆਰਿਆਂ 'ਚ ਜਿਨ੍ਹਾਂ ਦੇ ਸਦਾ ਅਸੀਂ ਚਰਨਾਂ 'ਚ ਰਹਿੰਦੇ ਹਾਂ, ਇੱਥੇ ਆ ਕੇ ਚੋਰ ਬੇਖੌਫ ਹੋ ਕੇ ਅੰਦਰ ਘੁੰਮ ਰਿਹਾ, ਇਕੱਲਾ ਬੰਦਾ ਹੈ, ਕੋਈ ਉਹਨੂੰ ਡਰ ਨਹੀਂ ਸੀ ਕਿਸੇ ਦਾ ਵੀ, ਜੋ ਉਹਦੀ ਫੋਟੋ ਆਈਆਂ ਇਹਦੇ 'ਚ CCTV ਕੈਮਰੇ ਸਾਰੀਆਂ, ਮਤਲਬ ਬੜੇ
ਹੌਸਲੇ ਨਾਲ ਉਹਨੇ ਕੰਮ ਕੀਤਾ ਬੰਦੇ ਨੇ, ਅਸੀਂ ਸਾਰੇ ਇਸ ਗੱਲ ਤੋਂ ਬਹੁਤ ਹੈਰਾਨ ਹਾਂ। ਸੋ ਮੈਂ ਤਾਂ ਮਾਨਯੋਗ SSP ਸਾਹਿਬ ਨੂੰ ਵੀ ਕਹਾਂਗਾ ਕਿ ਮਤਲਬ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜੋ ਪਟਿਆਲੇ 'ਚ ਰੌਲਾ ਚੱਲ ਰਿਹਾ ਵਾਰਦਾਤਾਂ ਦਾ ਜਾਂ ਜੋ ਵੀ ਹੈ, ਮਤਲਬ ਹੁਣ ਤਾਂ ਧਾਰਮਿਕ ਸਥਾਨਾਂ ਦੀ ਗੱਲ ਆ ਗਈ ਵੀ ਆਪ ਇੰਟਰਸਟ ਲੈ ਕੇ ਚਾਹੇ ਰਾਤ ਦੀ ਗਸਤ ਆਪ ਲਵਾਉਣ, ਚਾਹੇ ਆਪ ਆਪਣੇ ਇੰਸਪੈਕਟਰਾਂ ਨੂੰ SSP ਨੂੰ DSP ਜੀ ਨੂੰ ਕਿਸੇ ਨੂੰ ਵੀ ਇੰਸਟਰਕਸ਼ਨਾਂ ਦੇਣ ਤਾਂ ਕਿ ਇੱਦਾਂ ਮੁੜ ਕੇ ਇੱਦਾਂ ਦੀ ਹਰਕਤ ਕੋਈ ਕਰ ਨਾ ਸਕੇ ਕਿਸੇ ਵੀ ਧਾਰਮਿਕ ਅਦਾਰੇ 'ਚ ਜਾ ਕੇ। ਸੋ ਇਹ ਬਹੁਤ ਇੱਕ ਨਿੰਦਣਯੋਗ ਘਟਨਾ ਜੀ ਹੈ।